ਹੁਣ ਅਸੀਂ ਗੱਲ ਕਰ ਲੈਨੇ ਆ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਜਾਂ ਉਹਨਾਂ ਦੇ ਮੰਤਰੀ ਮੰਡਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਰਾਜਾ ਵੜਿੰਗ ਨੇ ਇੱਕ ਵੱਡਾ ਸਵਾਲ ਜਿਹੜਾ ਖੜਾ ਕਰ ਦਿੱਤਾ ਹੈ ਇੱਕ ਵੱਡਾ ਬਿਆਨ ਦਿੱਤਾ ਹੈ ਰਾਜਾ ਬੜਿੰਗ ਨੇ ਆਖਿਆ ਕਿ ਜਿਹੜੇ ਮੰਤਰੀ ਜਾਂ ਆਪਣੇ ਗੱਦੀ ਦੇ ਅਧਿਕਾਰੀ ਨੇ ਉਹ ਜੇ ਸਹੀ ਕੰਮ ਨਹੀਂ ਕਰ ਰਹੇ ਤਾਂ ਉਹਨਾਂ 'ਚ ਫੇਰ ਬਦਲ ਹੋਣੀ ਜ਼ਰੂਰੀ ਆ ਯਾਨੀ ਕਿ ਜਿਹੜਾ ਮੰਤਰੀ ਮੰਡਲ ਬਣਿਆ ਹੋਇਆ ਜੇ ਉਹ ਸਹੀ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਨਹੀਂ ਕਰ ਰਿਹਾ ਉਹਨਾਂ ਦੇ ਲੇਖਾ ਜੋਖਾ ਕਰਨਾ ਚਾਹੀਦਾ ਤੇ ਉਹਨਾਂ 'ਚ ਫੇਰ ਬਦਲ ਕਰ ਦੇਣਾ ਚਾਹੀਦਾ ਆ ਇਹ ਉਹਨਾਂ ਦੀ ਰਾਏ ਹੈਗੀ ਆ ਤੇ ਉੱਥੇ ਹੀ ਉਹਨਾਂ ਨੇ ਇੱਕ ਵੱਡੀ ਰਾਏ ਹੋਰ ਦਿੱਤੀ ਹੈ ਬਿਆਨ ਇੱਕ ਵੱਡਾ ਦਿੱਤਾ ਆ ਜਦ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਜੇ ਨਵਜੋਤ ਸਿੰਘ ਸਿੱਧੂ ਆ ਜਾਂ ਕੋਈ ਵੀ ਹੋਵੇ ਜੇਕਰ ਜਨਤਾ ਚਾਹੁੰਦੀ ਆ ਜਾਂ ਸਾਰੇ ਚਾਹੁੰਦੇ ਨੇ ਵੀ ਉਹਨੂੰ ਉਪ ਮੁੱਖ ਮੰਤਰੀ ਬਣਾਉਣਾ ਚਾਹੀਦਾ ਤਾਂ ਉਹਨੂੰ ਬਣਾ ਦੇਣਾ ਚਾਹੀਦਾ ਪਰ ਨਵਜੋਤ ਸਿੰਘ ਸਿੱਧੂ ਸਾਡੇ ਕੱਦਬਰ ਲੀਡਰ ਨੇ ਤਾਂ ਉਹ ਬਣੇ ਸਕਦੇ ਨੇ ਸੋ ਇਸ ਦੇ ਵਿੱਚ ਵੀ ਵੱਡੀਆਂ ਗੱਲਾਂ ਨਿਕਲ ਗਈਆਂ ਸਭ ਤੋਂ ਪਹਿਲਾਂ ਆਪਾਂ ਦੋ ਬਿਆਨ ਨੇ ਇੱਕ ਬਿਆਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਫੇਰ ਬਦਲ ਹੋਣਾ ਜ਼ਰੂਰੀ ਹੈ ਜੀ ਜੀ ਬਿਲਕੁਲ ਠੀਕ ਹੈ ਜਿਹੜੀ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਜੋ ਗਿੱਦੜਪਾਏ ਤੋਂ ਵਿਧਾਇਕ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਸਰਕਾਰ ਦੇ ਉਹ ਮੁੱਖ ਮੰਤਰੀ ਦੇ ਸਲਾਹਕਾਰ ਵੀ ਬਣੇ ਵੇ ਜੋਸ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਰਹੇ ਆ ਇਹ ਹਮੇਸ਼ਾ ਵਿਵਾਦਤ ਬਿਆਨ ਹੀ ਦਿੰਦੇ ਆ ਪਤਾ ਨਹੀਂ ਤਾਂ ਇਹਨਾਂ ਨੂੰ ਸੁਆਦ ਪਿਆ ਹੋਇਆ ਹੈ ਰਾਜੇ ਵੜਿੰਗ ਨੂੰ ਇਹ ਕਦੇ ਖੰਗ ਆਲੀ ਦਵਾਈ ਦੀ ਗੱਲ ਕਰ ਲੈਣੇ ਕਦੇ ਕੋਈ ਗੱਡੀਆਂ ਤੇ ਕੇ ਵੀ ਤੁਹਾਡੀਆਂ ਬਰਾਤਾਂ ਸਾਡੀਆਂ ਗੱਡੀਆਂ ਨਾਲ ਲਜਾਏ ਕਰਨਗੀਆਂ ਉਹ ਕਰ ਦਨੇ ਆ ਕਦੇ ਇਹ ਲੋਕ ਸਭਾ ਵੇਲੇ ਪੁੱਠੇ ਹੋਰ ਵਿਵਾਦਤ ਬਿਆਨ ਦੇ ਦੇ ਕਦੇ ਖੰਗ ਵਾਲੀ ਦਵਾਈ ਦੀ ਗੱਲ ਕਰ ਉਹ ਹੀ ਮੈਂ ਕਹਿ ਕੇ ਖੰਗ ਵਾਲੀ ਦਵਾਈ ਦੀ ਜਾਂ ਰਾਜਸਥਾਨ ਵਾਲੇ ਲੋਕਾਂ ਨੂੰ ਕਹਿੰਨੇ ਉਹ ਥੋੜੀ ਆਉ ਭਗਤਾ ਸੀ ਰੈਸਟ ਹੋ ਜਾ ਸਰਕਟ ਹੋ ਜਾ ਇਦਾਂ ਕਰਾਂਗੇ ਜਿਵੇਂ ਜੁਆਈ ਆਇਆ ਹੁੰਦਾ ਜਿਤਾ ਦੇ ਉਪਰ ਉਹ ਜਿੱਤੇ ਹਾਰੇ ਤਾਂ ਉਹ ਬਾਅਦ ਦੀ ਗੱਲ ਹੈ ਲੇਕਿਨ ਰਾਜਾ ਬੜਿੰਗ ਦੀ ਫਿਤਰਤ ਰਹੀ ਹੈ ਇਹ ਵਿਵਾਦਤ ਬਿਆਨ ਦੇ ਕੇ ਸੁਰਖੀਆਂ ਚ ਬਣੇ ਰਹਿੰਦੇ ਆ ਪਰ ਵੱਡੀ ਗੱਲ ਇਹ ਹੈ ਜਸਪੀਰ ਜੀ ਜਿਹੜਾ ਇਹ ਬਿਆਨ ਆਇਆ ਰਾਜਾ ਗਦਾ ਔਰ ਹੁਣ ਆਇਆ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਜੋ ਮੌਜੂਦਾ ਸਰਕਾਰ ਚੱਲ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਚਾਰ ਪੰਜ ਵਿਧਾਇਕ ਜ਼ਿਲ੍ਹੇ ਦੇ ਜਿਹੜੇ ਆ ਬਗਾਵਤੀ ਸੂਰਾਂ ਚੱਕੀ ਫਿਰਦੇ ਆ ਬੇਸ਼ੱਕ ਕੁਲਵੀਰ ਜਿਹੜਾ ਜੀਰਾ ਸੀ ਉਹਨੇ ਵੀ ਬਗਾਵਤ ਕੀਤੀ ਤੇ ਇਹ ਦੇਖ ਲਈਏ ਜੇ ਹੁਣ ਆਪਾਂ ਨਿਰਪੱਖ ਹੋ ਕੇ ਗੱਲ ਕਹੀਏ ਤੇ ਵੱਡਾ ਬਿਆਨ ਤਾਂ ਸੁਖੀ ਰੰਧਾਵੇ ਨੇ ਵੀ ਦੇ ਦਿੱਤਾ ਕਿ ਜੇ ਬਰਗਾੜੀ ਮਾਮਲੇ ਦੇ ਵਿੱਚ ਜੋ ਆਪਾਂ ਕਰਾਰ ਕੀਤਾ ਸੰਗਤਾਂ ਨਾਲ ਉਹਦੇ ਦੋਸ਼ੀ ਅਸੀਂ ਫੜੇ ਨਹੀਂ ਤੇ ਸਜ਼ਾ ਸਾਨੂੰ ਵੀ ਮਿਲ ਲਈ ਹੈ ਇਹ ਸੁਖਜਿੰਦਰ ਸਿੰਘ ਰੰਧਾਵੇ ਦਾ ਵੱਡਾ ਬਿਆਨ ਸੀ ਤੇ ਜਿਹੜਾ ਆ ਬਿਆਨ ਉਹਨੇ ਦਿੱਤਾ ਹੈ ਕਿ ਮੌਜੂਦਾ ਸਰਕਾਰ ਦੇ ਵਿੱਚ ਨਲਾਇਕ ਮੰਤਰੀ ਹੈ ਨਲਾਇਕ ਮੰਤਰੀ ਕਹਿ ਕੇ ਸੰਬੋਧਨ ਕਰਨਾ ਤਾਂ ਬਹੁਤ ਵੱਡੀ ਮਤਲਬ ਚਿੰਤਾ ਵਾਲੀ ਵੀ ਗੱਲ ਹੈ ਤੇ ਬੜਾ ਸੈਂਸਿਟਿਵ ਮਾਮਲਾ ਵੀ ਹੈ ਇਹ ਜੇ ਮੌਜੂਦਾ ਐਮ.ਐਲ.ਏ ਕਹਿ ਰਿਹਾ ਕਿ ਮੌਜੂਦਾ ਸਰਕਾਰ ਚ ਨਲਾਇਕ ਮੰਤਰੀ ਹੈ ਤਾਂ ਰਾਜਾ ਬੜਿੰਗ ਨੂੰ ਦੱਸ ਵੀ ਦੇਣਾ ਚਾਹੀਦਾ ਸੀ ਕਿਹੜੇ ਕਿਹੜੇ ਨਲਾਇਕ ਹੈ ਤੇ ਕਿਹੜੇ ਕਿਹੜੇ ਸਿਆਣੇ ਹੈ ਜੇ ਉਹਨੇ ਨਾਮਾਇਿਤ ਕੀਆ ਕਿਹੜੇ ਸਿਆਣੇ ਜੇ ਉਹਨੇ ਕਿਹਾ ਨਲਾਇਕ ਹੈਗੇ ਤਾਂ ਇਹਦਾ ਮਤਲਬ ਹੋ ਸਕਦੇ ਆ ਜੇ ਉਹਨਾਂ ਦਾ ਆਪਣਾ ਵਧਾਇਕ ਹੀ ਇਹ ਗੱਲ ਕਹਿ ਰਿਹਾ ਔਰ ਮੁੱਖ ਮੰਤਰੀ ਦਾ ਸਲਾਹਕਾਰ ਬਣਿਆ ਹੋਇਆ ਜੇ ਉਹ ਕਹਿ ਰਿਹਾ ਕਿ ਸਾਡੀ ਸਰਕਾਰ ਦੇ ਵਿੱਚ ਨਲਾਇਕ ਮੰਤਰੀ ਹੈ ਉਹਨੂੰ ਨੂੰ ਕੱਢ ਕੇ ਨਵੇਂ ਐਮਐਲਏ ਨੂੰ ਥਾਂ ਦੇਣੀ ਚਾਹੀਦੀ ਹੈ ਜਿਹੜੇ ਕੰਮ ਕਰਨੇ ਕਰਨ ਜਾਂ ਸੂਬੇ ਦੇ ਲੋਕਾਂ ਦੇ ਦੁੱਖ ਦਰਦ ਦੇ ਹੱਲ ਦੂਜੇ ਆਪ ਅੱਜ ਦੂਜੇ ਬਿਆਨ ਵੱਲ ਮੂਵ ਕਰੇ ਤਾਂ ਉਹਨਾਂ ਦਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜਾ ਇਸ਼ਾਰਾ ਕੀਤਾ ਗਿਆ ਜਾਂ ਗੱਲ ਕਹੀ ਗਈ ਹੈ ਜਾਂ ਸਵਾਲ ਪੁੱਛੇ ਗਏ ਇਹਨਾਂ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਵਾਲੀ ਗੱਲ ਮੰਨ ਨੂੰ ਨਹੀਂ ਲੱਗਦੀ ਦੇਖੋ ਗੱਲ ਇਹ ਹੈ ਕੁਛ ਨਾ ਕੁਛ ਤਾਂ ਚੱਲ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਜੋ ਵੀ ਹਾਈ ਕਮਾਂਡ ਦੇ ਜੋ ਹਾਲਾਤ ਭਾਵੇਂ ਹਾਈ ਕਮਾਂਡ ਹੋਵੇ ਜਦੋਂ ਤੋਂ ਕ ਅਮਰਿੰਦਰ ਸਿੰਘ ਮੁੱਖ ਦੇ ਸੂਬੇ ਦੇ ਮੁੱਖ ਮੰਤਰੀ ਨਹੀਂ ਸਹਿਮਤ ਹੋਣਗੇ ਹਾਈ ਕਮਾਂਡ ਭਾਵੇਂ ਪਿੱਟ ਕੇ ਮਰ ਜੇ ਉਹ ਪਹਿਲਾਂ ਕਿਹੜਾ ਮੰਨੀ ਸੀ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੀ ਕਹਿਣੀ ਕਹਿਣੀ ਤੇ ਕਰਨੀ ਦੇ ਪੱਕੇ ਜੋ ਕਹਿਤਾ ਜੋ ਕਹਦਾ ਗੱਲ ਤਾਂ ਫੌਜੀਾਂ ਵਾਲੀ ਹੈ ਤੇ ਉਹ ਜੇ ਸਹਿਮਤ ਹੋਣਗੇ ਤਾਂ ਰਿਪਲੇਸ ਥਾਂ ਮਿਲ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਰਾਜੇ ਵੜਿੰਗ ਦੇ ਕਹਿਣ ਨਾਲ ਜਾਂ ਪਹਿਲਾਂ ਵੀ ਤਾਂ ਲੋਕਾਂ ਨੇ ਲਾਬਿੰਗ ਕੀਤੀ ਸੀ 42 ਵਿਧਾਇਕ ਇਕੱਠੇ ਹੋਗੇ ਸੀ ਤੇ ਉਦੋਂ ਕਿਹੜਾ ਮੰਨ ਲਈ ਸੀ ਇਹਨੇ ਤੇ ਹੁਣ ਜਿਹੜੇ ਚਾਰ ਵਿਧਾਇਕ ਰੋਂਦੇ ਫਿਰਦੇ ਆ ਉਹਦੇ ਜਿਹੜੇ ਦੀ ਉਹਨਾਂ ਨੂੰ ਅੱਜ ਤੱਕ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਫਿਤਰਤ ਹੈ ਉਹ ਜੋ ਕਹਿੰਦੇ ਆ ਜੋ ਕਰਦੇ ਆ ਉਹ ਤੇ ਫਿਰ ਖੜੇ ਰਹਿੰਦੇ ਆ ਉਹ ਤੇ ਪਿੱਛੇ ਨਹੀਂ ਹਟਦੇ ਇਹ ਇਹ ਗੱਲ ਤਾਂ ਸਹੀ ਆ ਪਰ ਰਾਜਾ ਵੜਿੰਗ ਦਾ ਇਹ ਬਿਆਨ ਦੇਣਾ ਕਿਤੇ ਨਾ ਕਿਤੇ ਵੱਡੀ ਮੁਸੀਬਤ ਖੜੀ ਕਰ ਸਕਦਾ ਆ ਪੰਜਾਬ ਸਰਕਾਰ ਲਈ ਜਾਂ ਮੰਤਰੀ ਮੰਡਲ ਲਈ ਜੋ ਉਹਨਾਂ ਨੇ ਇਹ ਬਿਆਨ ਦਿੱਤਾ ਆ